ਸ਼੍ਰੀਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ। ਇਸ ਵੇਲੇ ਅਸੀਂ ਮੌਜੂਦ ਹਾਂ ਸ਼ੰਭੂ ਕਿਸਾਨ ਧਰਨੇ ਦੇ ਵਿੱਚ, ਅਤੇ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਪੰਗੂ ਮੌਜੂਦ ਨੇ, ਜਿਹੜੇ ਲਗਾਤਾਰ ਇਸ ਮੋਰਚੇ ਦੇ ਵਿੱਚ ਨੇ ਅਤੇ ਅਗਵਾਈ ਕਰ ਰਹੇ ਨੇ ਇਸ ਮੋਰਚੇ ਦੀ, ਅਤੇ ਹੋਰ ਤਮਾਮ ਜਿਹੜੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਵੀ ਇਸ ਵੇਲੇ ਮੇਰੇ ਨਾਲ ਨੇ। ਅਤੇ ਗੱਲਬਾਤ ਕਿਸਾਨ ਅੰਦੋਲਨ ਦੇ ਉੱਪਰ ਵੀ ਹੋਊਗੀ। ਹੁਣ ਅੰਦੋਲਨ ਕਿੱਥੇ ਖੜਿਆ, ਕਿਸਾਨ ਤਕਰੀਬਨ 13 ਫਰਵਰੀ ਤੋਂ ਇੱਥੇ ਬੈਠੇ ਨੇ, ਸ਼ੰਭੂ ਬੈਠੇ ਨੇ, ਖਨੌਰੀ ਬੈਠੇ ਨੇ, ਦਿੱਲੀ ਜਾਣਾ ਚਾਹੁੰਦੇ ਸੀ, ਦਿੱਲੀ ਜਾਣ ਨਹੀਂ ਦਿੱਤੇ ਗਏ, ਹਰਿਆਣਾ ਸਰਕਾਰ ਵੱਲੋਂ ਕੰਧਾਂ ਕੱਢ ਕੇ ਕਿਸਾਨ ਰੋਕ ਲਏ ਗਏ। ਹੁਣ ਕਿਸਾਨਾਂ ਦੀਆਂ ਵੀ ਲਗਾਤਾਰ ਆਪਸੀ ਮੀਟਿੰਗਾਂ ਹੋ ਰਹੀਆਂ ਨੇ, ਜਥੇਬੰਦੀਆਂ ਤਾਲਮੇਲ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰੋਗਰਾਮ ਨੇ, ਦਿੱਲੀ ਜਾਣ ਨੂੰ ਲੈ ਕੇ ਕੀ ਪਲਾਨਿੰਗ ਹੈ, ਅਤੇ ਹੁਣ ਕਿਸਾਨ ਜਥੇਬੰਦੀਆਂ ਧਰਨੇ ਦੇ ਵਿੱਚ ਬੈਠੀਆਂ ਕੀ ਸੋਚ ਰਹੀਆਂ ਨੇ ਕਿ ਅਸੀਂ ਜੇਕਰ ਇੱਥੇ ਬੈਠੇ ਰਹਾਂਗੇ ਸੜਕਾਂ ਦੇ, ਕਿੰਨਾ ਚਿਰ ਅਸੀਂ ਬੈਠੇ ਰਹਾਂਗੇ, ਦਿੱਲੀ ਅਸੀਂ ਜਾ ਪਾਵਾਂਗੇ? ਜਿਵੇਂ ਪਿੱਛੇ ਜੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਇੱਧਰ ਹਰਿਆਣਾ ਤੋਂ DC ਬਾਲਾ, DC ਅਤੇ ਪਟਿਆਲਾ DC ਉਸ ਮੀਟਿੰਗ ਦੇ ਵਿੱਚ ਬੈਠੇ ਸੀ, ਕਿਹਾ ਤੁਸੀਂ ਪੈਦਲ ਚਲੇ ਜਾਓ। ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਪੈਦਲ ਨਹੀਂ, ਅਸੀਂ ਤਾਂ ਪਤਾ ਨਹੀਂ ਕਿੰਨਾ ਟਾਈਮ ਉੱਥੇ ਬੈਠੀ, ਇਸ ਕਰਕੇ ਅਸੀਂ ਨਾਲ ਲੈ ਕੇ ਜਾਵਾਂਗੇ ਟਰੈਕਟਰ ਟਰਾਲੀਆਂ ਆਪਣੇ ਨਾਲ। ਅਤੇ ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਜੀ। ਧੰਨਵਾਦ ਜੀ, ਜਿੰਨੇ ਵੀ ਤੁਸੀਂ ਸਾਡੇ 13 ਫਰਵਰੀ ਤੋਂ ਲੈ ਕੇ ਇਸ ਮੋਰਚੇ ਨਾਲ ਜੁੜੇ ਹੋਏ ਹੋ। ਅੱਜ ਲਗਭਗ ਆਪਾਂ ਨੂੰ 200 ਦਿਨ ਪੂਰਾ ਹੋਣ ਜਾ ਰਿਹਾ ਮੋਰਚੇ ਦਾ। ਇਸ 200 ਦਿਨ ਦੇ ਵਿੱਚ ਬੜੇ ਚੜ੍ਹਾਅ, ਬੜੇ ਤਰਾਅ, ਬੜੇ ਸਵਾਲ ਵੀ ਉੱਠੇ, ਬੜਾ ਕੁਛ ਵੇਖਿਆ ਸਾਡੀ ਜਨਤਾ ਨੇ, ਸਾਡੇ ਲੋਕਾਂ ਨੇ, ਬੜੀਆਂ ਤਕਲੀਫਾਂ ਝੱਲੀਆਂ ਨੇ। ਕਿਉਂਕਿ ਜਿਹੜਾ ਸਾਡਾ ਦੋਨੇ ਫੋਰਮਾਂ ਦਾ ਸੱਦਾ ਇਹੀ ਸੀ ਕਿ ਜਿਹੜੇ ਸਾਡੇ ਪਿਛਲੇ ਮੋਰਚੇ ਦੀਆਂ ਮੰਗਾਂ ਅਧੂਰੀਆਂ ਪਈਆਂ ਨੇ ਉਹਨੂੰ ਮਨਾਉਣ ਲਈ ਇਹ ਸਮਾਂ ਸਾਡੇ ਲਈ। ਇਹ ਜੇ ਸਮੇਂ ਦੇ ਵਿੱਚ ਅਸੀਂ ਨਾ ਵਿਚਾਰਿਆ, ਨਾ ਲੜੇ, ਤਾਂ ਇੱਕ ਸਵਾਲ ਤੈਅ ਹੈ ਆਮ ਸਿਆਸੀ ਲੋਕਾਂ ਨੇ ਕਰਨਾ ਸੀ ਕਿ ਜੇ ਤੁਹਾਡਾ ਪਿੱਛੇ 2020 ਦੇ ਵਿੱਚ 21 ਦੇ ਵਿੱਚ ਸਮਝੌਤਾ ਹੋਇਆ ਸੀਗਾ BJP ਦੇ ਨਾਲ ਕਿ ਆਹ ਮੰਗਾਂ ਇੰਨੇ ਚਿਰ 'ਚ ਅਸੀਂ ਲਾਗੂ ਕਰਾਂਗੇ, ਤਾਂ ਫਿਰ ਜਦੋਂ ਉਹਨਾਂ ਦੀ ਸਰਕਾਰ ਸੀ ਤੁਸੀਂ ਲੜੇ ਕਿਉਂ ਨਹੀਂ, ਉਹਨੂੰ ਮਿਲੇ ਕਿਉਂ ਨਹੀਂ? ਪਰ ਉਹਦੇ ਅਸੀਂ ਵਾਰ ਵਾਰ ਚਿੱਠੀਆਂ ਲਿਖੀਆਂ, ਵਾਰ ਵਾਰ ਉਹਨੂੰ ਮਿਲੇ, ਮੰਗ ਪੱਤਰ ਦਿੱਤੇ, ਉਹਨਾਂ ਨੇ ਕੋਈ ਗੌਰ ਨਹੀਂ ਕੀਤੀ। ਸਿਰਫ ਉਹ ਜਿਹੜੇ ਸਾਰਾ ਸਮਾਂ ਲੰਘਿਆ, ਫਿਰ ਅਸੀਂ ਜਿਹੜਾ ਪਹਿਲਾਂ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਸੀ ਸਾਡੇ ਫੋਰਮ ਵੱਲੋਂ 26 ਦਾ, ਜਦੋਂ ਫਿਰ ਨਾਲ ਅਸੀਂ ਭੰਦੇਰ ਵਰਗਿਆਂ ਦਾ ਉਦੋਂ ਫੋਰਮ ਬਣਿਆ ਸੀਗਾ, ਇਹਨਾਂ ਦੇ ਉੱਤਰੀ ਭਾਰਤ ਦੀਆਂ ਦਾ ਇੱਕ ਕਿਸਾਨ, ਫਿਰ ਇਹਨਾਂ ਨੇ ਉਤਲਾ ਮੋਰਚੇ ਦਾ ਨਾਂ ਦਿੱਤਾ ਸੀਗਾ ਉੱਤਰੀ ਭਾਰਤ ਸ਼ਾਮਲ। ਅਸੀਂ ਫਿਰ ਉਹਨਾਂ ਜਿਹੜੀ ਸਾਡੀ ਦੋਨਾਂ ਫੋਰਮਾਂ ਦੀ ਮੀਟਿੰਗ ਸ਼ੁਰੂ ਹੋਈ, ਤਾਂ ਉਸ ਮੀਟਿੰਗ ਦੇ ਵਿੱਚੋਂ ਫੈਸਲਾ ਹੋ ਗਿਆ ਕਿ ਥੋੜ੍ਹਾ ਜਿਹਾ ਜਿਹੜਾ ਸਮਾਂ 26 ਵਾਲਾ 13 'ਤੇ ਕੀਤਾ ਜਾਵੇ, ਬਈ ਜ਼ਿਆਦਾ ਸਮਾਂ ਸਾਨੂੰ ਆਪਦੀ ਗੱਲ ਰੱਖਣ 'ਚ ਮਿਲ ਜੇ, ਤਾਂ ਉਹ ਸਾਡੀ ਸਹਿਮਤੀ ਬਣੀ। ਉਹ ਸਹਿਮਤੀ ਦੇ ਤਹਿਤ ਅਸੀਂ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਕਰਵਾਈਆਂ, ਲੋਕਾਂ ਦੇ ਮਨ 'ਚ ਪਿਆ ਸੀ ਕਿ ਆਪਾਂ ਨੂੰ ਲੜਨਾ ਚਾਹੀਦਾ ਅਤੇ ਆਪਾਂ ਨੂੰ ਇਹ ਮੰਗਾਂ ਮਨਾਉਣੀਆਂ ਚਾਹੀਦੀਆਂ। ਤਾਂ ਅਸੀਂ, ਮੈਨੂੰ ਇਹ ਲੱਗੂਗਾ ਕਿ ਬਹੁਤ ਲੋਕਾਂ ਨੂੰ ਲੱਗਦਾ ਸੀ ਕਿ ਜਦੋਂ ਮੋਰਚਾ 13 ਉੱਠ ਜਾਂਦਾ ਹੈ ਜਾਂ 13 ਮੋਰਚਾ ਜਦੋਂ ਸਮਾਂ ਲੈ ਲੈਂਦਾ ਹੈ, ਉਹਨੂੰ ਉਸ ਜਗ੍ਹਾ 'ਤੇ ਲਿਆਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਰ ਸਾਨੂੰ ਲੱਗਦਾ ਸੀ ਵੀ ਜਿੰਨਾ ਲੋਕ ਲੜੇ ਨੇ, ਜਿੰਨੇ ਲੋਕ ਗਏ ਆ, ਕੋਈ ਪੰਜਾਬ ਦਾ, ਹਰਿਆਣੇ ਦਾ, UP ਦਾ ਕੋਈ ਘਰ ਇਹੋ ਜਿਹਾ ਨਹੀਂ ਹੋਣਾ ਜਿਹੜੇ ਕਿਸਾਨ ਨੇ ਉਸ ਮੋਰਚੇ 'ਤੇ ਦਿੱਲੀ ਦੇ ਵਿੱਚ ਹਿੱਸਾ ਨਾ ਪਾਇਆ ਹੋਵੇ, ਚਾਹੇ ਉਹ ਕਿਸੇ ਨੇ ਲੰਗਰ ਤੌਰ 'ਤੇ ਪਾਇਆ ਹੋਵੇ ਜਾਂ ਕਿਸੇ ਨੇ ਆਪਦਾ ਵਹੀਕਲ ਦੇਣ ਦਾ ਬਣਾਇਆ ਹੋਵੇ ਜਾਂ ਕਿਸੇ ਨੇ, ਸਾਡੀ ਮਾਂ ਭੈਣ ਨੇ ਉਸ ਮੋਰਚੇ ਦੇ ਵਿੱਚ ਹਾਜ਼ਰੀ ਲਾਜ਼ਮੀ ਲਵਾਈ ਸੀ, ਲੋਕਾਂ ਦੇ ਪਿਆ ਸੀਗਾ ਕਿ ਲੜਨਾ ਚਾਹੀਦਾ। ਅਤੇ ਆਪਾਂ, ਅਸੀਂ 11 ਫਰਵਰੀ ਨੂੰ ਤੁਰੇ ਹਾਂ ਅੰਮ੍ਰਿਤਸਰ ਤੋਂ, ਜਿਹੜੇ ਫਾਜ਼ਿਲਕਾ, ਜਿਹੜੇ ਹੋਰ ਤੋਂ, ਲਗਭਗ ਅਸੀਂ 13 ਨੂੰ ਜਿਹੜੇ ਨੇੜੇ ਬਾਰਡਰਾਂ 'ਤੇ ਸਾਡਾ ਪ੍ਰੋਗਰਾਮ ਸੀ ਵੀ 13 ਤੋਂ ਅਸੀਂ ਜਿਹੜਾ
ਇੱਕ ਦੋ ਦਿਨ ਸਾਨੂੰ ਹਰਿਆਣੇ ਦੇ ਵਿੱਚ ਲੱਗ ਜਾਣਗੇ, ਲਗਭਗ ਅਸੀਂ 15-16 ਨੂੰ ਦਿੱਲੀ ਦੇ ਵਿੱਚ ਪਹੁੰਚ ਜਾਵਾਂਗੇ। ਜਿਹੜੇ ਆਪਾਂ ਨੂੰ ਉੱਥੇ ਆਪਦੀ ਸਾਡਾ ਜਿੱਥੇ ਲਿਖ ਕੇ ਦਿੱਤਾ ਸੀ ਵੀ ਜੰਤਰ ਮੰਤਰ, ਜੇ ਜੰਤਰ ਮੰਤਰ 'ਤੇ ਕੋਈ ਸਮੱਸਿਆ ਆਈ ਤਾਂ ਰਾਮਲੀਲਾ ਗਰਾਊਂਡ ਦੇ ਵਿੱਚ। ਪਰ ਸਰਕਾਰ ਪਤਾ ਨਹੀਂ ਕੀ ਭਾਵ ਗਈ ਜਾਂ ਪਿਛਲੇ ਮੋਰਚੇ ਨੂੰ ਦੇਖ ਗਈ ਕਿ ਉਹ ਲੋਕ ਨੇ ਲਚਕ ਦੇਣ ਵਾਲੇ ਨਹੀਂ, ਇਹ ਬੈਠਣ ਵਾਲੇ। ਤਾਂ ਪਹਿਲੀ ਵਾਰ ਦੇਖਿਆ ਵੀ ਰੋਕਾਂ ਤਾਂ ਲੱਗਦੀਆਂ ਰਹੀਆਂ, 44 ਦਫ਼ੇ ਵੀ ਲੱਗਦੇ ਰਹੇ ਨੇ। ਪਰ ਜਿਹੜਾ ਕੁਛ ਕੇਂਦਰ ਸਰਕਾਰ ਨੇ, ਹਰਿਆਣਾ ਸਰਕਾਰ ਨੇ ਕੰਧਾਂ ਐਡੀਆਂ ਵੱਡੀਆਂ ਕੱਢੀਆਂ ਕਿ ਉਹ ਬੰਦਾ ਤਾਂ ਕੀ ਮਸ਼ੀਨ ਦੇ ਵੀ ਇੱਕ ਦੋ ਦਿਨਾਂ ਦੇ ਬੱਸ ਦੀ ਗੱਲ ਨਹੀਂ ਕਿ ਉਹਨੂੰ ਤੋੜਨ ਦੇਵੇ। ਜੇ ਉਹ 15-15 ਦਿਨਾਂ 'ਚ ਬਣਾਏ ਆ ਤਾਂ ਉਹਨੂੰ ਤੋੜਨ ਵਾਸਤੇ 5-7 ਦਿਨ ਲੱਗਦੇ ਆ। ਬਿਲਕੁਲ ਜੀ। ਤਾਂ ਉਹਦੇ ਵਿੱਚ ਜਦੋਂ ਅਸੀਂ ਆਏ ਅੱਗੇ ਵਧੇ ਬਈ ਅਸੀਂ ਇਹ ਰੋਕਾਂ ਕਿਉਂ ਲਾਈਆਂ, ਅਤੇ ਉਹ ਬਹੁਤ ਸਾਡੇ ਕਿਸਾਨਾਂ ਦਾ ਜਿਹੜਾ ਨੁਕਸਾਨ ਵੀ ਹੋਇਆ, ਲਗਭਗ 435 ਕੋਈ ਛੋਟੇ ਨਹੀਂ ਜਿਹੜੇ ਸਾਡੇ ਜ਼ਖਮੀ ਹੋਏ ਆ ਜੀ। 5 ਸਾਡੇ ਉਹ ਨੌਜਵਾਨ ਆ ਜਿਹੜੇ ਦੀ ਨਿਗਾਹ ਚੱਲੀ ਗਈ ਜੀ। ਇੱਕ ਉਹਦੇ ਵਿੱਚ ਸਾਡਾ ਸ਼ੁਭ ਕਰਨ ਆ ਜਿਹੜਾ ਸ਼ਹੀਦ ਵੀ ਹੋਇਆ 21 ਫਰਵਰੀ ਨੂੰ। ਪਰ ਜਿਹੜਾ ਉਹ 7-8 ਦਿਨਾਂ ਦੇ ਵਿੱਚ ਦੇਖਿਆ ਲੋਕਾਂ ਦਾ ਜਿਹੜਾ ਰੋਹ ਲੜਨ ਵਾਲਾ ਜੀ, ਉਹ ਮੱਠਾ ਨਹੀਂ ਪਿਆ ਜੀ। ਤਾਂ ਉਸ ਦੇ ਵਿੱਚੋਂ ਸਰਕਾਰ ਨੇ ਫਿਰ ਇੱਕ ਉਸ ਦਿਨ ਦੇ ਸਾਨੂੰ ਮੀਟਿੰਗ ਦਾ ਵੀ ਦਿੱਤਾ ਵੀ ਅਸੀਂ ਮੀਟਿੰਗ ਕੀਤੀਆਂ। ਤਾਂ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਹੈ, ਅਤੇ ਆਮ ਲੋਕਾਂ ਨੇ ਚੰਡੀਗੜ੍ਹ ਦੇ ਦਿੱਲੀ ਦੇ ਵਿੱਚ ਮੀਟਿੰਗਾਂ ਹੁੰਦੀਆਂ, ਜਿੰਨੀਆਂ ਵੀ ਸਾਡੀਆਂ ਪਹਿਲਾਂ ਮੋਰਚੇ ਦੀਆਂ ਦਿੱਲੀ ਮੀਟਿੰਗਾਂ ਹੁੰਦੀਆਂ ਰਹੀਆਂ। ਤਾਂ ਇੱਥੋਂ ਤੱਕ ਸਾਡੇ ਪ੍ਰੈਸ਼ਰ ਨੇ ਮਜਬੂਰ ਕੀਤੇ ਚੰਡੀਗੜ੍ਹ ਦੇ ਵਿੱਚ ਉਹ ਜਿਹੜੀਆਂ 4 ਗੇੜ ਦੀਆਂ ਮੀਟਿੰਗਾਂ ਹੋਈਆਂ। ਪਰ ਠੀਕ ਹੈ, ਸਰਕਾਰ ਨੂੰ ਕੁਛ ਹੋਰ ਸੀ ਜਿਹੜੀਆਂ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਕਿ ਲੋਕਾਂ ਨਾਲ ਕੋਈ ਅਸਰ ਨਹੀਂ ਪੈਣ ਵਾਲਾ, ਅਸੀਂ ਤਾਂ ਜਿਹੜਾ 400 ਪਾਰ ਤੋਂ ਜਿੱਤ ਜਾਵਾਂਗੇ। ਪਰ ਰਿਜ਼ਲਟ ਉਹ ਜਿਹੜਾ ਆਇਆ, ਇਹਨਾਂ ਨੇ ਜਿਹੜੀ ਅਣਗੌਲੀ ਕੀਤੀ ਕਿਸਾਨਾਂ ਦੀਆਂ ਮੰਗਾਂ ਵੱਲ ਨਾ ਧਿਆਨ ਦੇਣ ਕਰਕੇ ਅੱਜ ਮੋਰਚਾ, ਮੈਨੂੰ ਲੱਗਦਾ ਵੀ ਅਸੀਂ ਤਾਂ ਮੈਂ ਇਹ ਗੱਲ ਲੈ ਕੇ ਗਿਆ ਕਿ ਅਸੀਂ 200 ਦਿਨ ਦੇ ਵਿੱਚ ਬਹੁਤ ਕੁਛ ਪਾਇਆ ਵੀ ਹੈ ਅਤੇ ਬਹੁਤ ਕੁਛ ਗੁਮਾਇਆ। ਹਾਂ, ਹੁਣ ਆਪਾਂ ਇਹਦੇ 'ਤੇ ਗੱਲ ਕਰਾਂਗੇ। ਸੋ ਦੋਸਤੋ, ਮੇਰੇ ਨਾਲ ਤੁਹਾਨੂੰ ਦੱਸਿਆ ਸੀ ਕਿ ਜਸਵੀਰ ਸਿੰਘ ਪੰਗੂ, ਕਾਕਾ ਸਿੰਘ ਕੋਟੜਾ ਦੇ ਤਮਾਮ ਜਿਹੜੀ ਲੀਡਰਸ਼ਿਪ ਹੈ ਸਾਰੀ ਮੌਜੂਦ ਹੈ। ਜੋਰਾ ਸਿੰਘ ਬਲਵੇੜਾ ਸਾਹਿਬ ਬੈਠੇ ਨੇ, ਪਟਿਆਲਾ ਜ਼ਿਲ੍ਹਾ ਦੇ ਇਹ ਪ੍ਰਧਾਨ ਨੇ, ਲਗਾਤਾਰ ਮੋਰਚੇ ਦੇ ਵਿੱਚ ਡਟੇ ਹੋਏ ਨੇ। ਕੋਟੜਾ ਸਾਹਿਬ, ਜੇਕਰ ਤੁਸੀਂ ਪ੍ਰਾਪਤੀ ਦੀ ਗੱਲ ਕੀਤੀ ਇਹਨਾਂ 200 ਦਿਨਾਂ ਦੇ ਵਿੱਚ, ਅਚੀਵਮੈਂਟ ਜਥੇਬੰਦੀਆਂ ਆਪਣੇ ਤੌਰ ਦੇ ਉੱਪਰ ਕੀ ਗਿਣਦੀਆਂ ਨੇ ਕਿ ਅਸੀਂ ਇੱਥੇ ਸੜਕਾਂ ਦੇ ਉੱਪਰ ਬੈਠੇ, ਦਿੱਲੀ ਤਾਂ ਸਾਨੂੰ ਨਹੀਂ ਜਾਣ ਦਿੱਤਾ ਗਿਆ, ਕਿ ਇਸ ਸਮੇਂ ਦੌਰਾਨ ਕੋਈ ਅਚੀਵਮੈਂਟ? ਮੈਂ ਜਿਹੜੀ ਪ੍ਰਾਪਤੀ ਵਾਲੀ ਗੱਲ ਕਹਿਣਾ ਕਿ ਸਾਡੀ ਜਿਹੜੀ ਮੰਗ ਸੀ MSP ਗਰੰਟੀ ਦੇ ਕਾਨੂੰਨ ਬਣਾਉਣ ਦੀ ਗੱਲ, ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਨਹੀਂ ਪਤਾ ਸੀ ਵੀ ਇਹ ਚੀਜ਼ ਕੀ ਹੈ, ਕਿ MSP ਮਿਲਣ ਨਾਲ, ਗਰੰਟੀ ਦੇਣ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਣਾ, ਕੀ ਨੁਕਸਾਨ ਹੋਣਾ। ਸੁਆਮੀਨਾਥ ਦੀ ਜਿਹੜੀ ਕਮਿਸ਼ਨ ਦੀ ਸਿਫਾਰਸ਼ਾਂ ਸੀ ਉਹ ਕੀ ਸੀ, ਕਿ ਕਿਸਾਨਾਂ ਦੇ ਕਿਤੇ ਹੱਕ ਦੇ ਵਿੱਚ ਬਣੀ ਸੀ ਕਿ ਨਹੀਂ ਬਣੀ ਸੀ, ਇਹ 'ਤੇ ਚਰਚਾ ਹੋਣ ਕਰਕੇ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਸਿਆਸੀ ਪਾਰਟੀਆਂ, ਕੋਈ ਛੋਟੀ ਸੀ ਕੋਈ ਵੱਡੀ ਸੀ, ਉਸ ਇਲੈਕਸ਼ਨਾਂ ਦੇ ਵਿੱਚ ਜਦੋਂ ਆਹ ਮੋਰਚੇ ਬੈਠਣ ਦੇ ਬਾਅਦ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਚਰਚਾ ਕੀਤੀ ਕਿਸਾਨਾਂ ਨੂੰ MSP ਗਰੰਟੀ ਕਾਨੂੰਨ ਮਿਲਣਾ ਚਾਹੀਦਾ। ਛੋਟੀ ਗੱਲ ਨਹੀਂ, ਚਲੋ ਸਟੇਜਾਂ 'ਤੇ ਗੱਲ ਹੋ ਜਾਂਦੀ ਹੈ, ਕਿਸੇ ਨੇ ਬਿਆਨ ਦਿੱਤਾ, ਬਿਆਨ ਵੀ ਆ ਜਾਂਦੇ, ਕਿਸੇ ਨੇ ਹਮਾਇਤ ਦੇ ਤੇ, ਕਿਸੇ ਨੇ ਵਿਰੋਧ 'ਚ ਦੇ ਤੇ, ਪਾਰਲੀਮੈਂਟ ਦੇ ਵਿੱਚ ਚਰਚਾ ਹੋ ਜਾਣੀ ਕਿਸਾਨਾਂ ਦੇ ਇਸ਼ੂ 'ਤੇ, ਰਿਕਾਰਡ 'ਚ ਆ ਜਾਣੀ ਗੱਲ ਕਿ ਕਿਸਾਨਾਂ ਨੂੰ ਗਰੰਟੀ ਕਾਨੂੰਨ ਮਿਲਣਾ ਚਾਹੀਦਾ, ਦੇਣਾ ਚਾਹੀਦਾ। ਇਹ ਮੈਂ ਕਹਿੰਦਾ ਸਾਡੀ ਪ੍ਰਾਪਤੀ ਆ ਕਿ ਅਸੀਂ ਨੁਕਸਾਨ ਦੇ ਬਾਵਜੂਦ ਉਸ ਪਾਰਲੀਮੈਂਟ ਦੇ ਵਿੱਚ ਲੈ ਗਏ ਜਿੱਥੇ ਕਾਨੂੰਨ ਬਣਦੇ, ਜਿੱਥੇ ਲੋਕਾਂ ਦੀ ਅਸੀਂ ਇਹ ਕਹਿ ਸਕਦੇ ਜਿਹੜੀ ਸਾਡੀ ਕਿਸਮਤ ਦਾ ਫੈਸਲਾ ਹੁੰਦਾ, ਅਸੀਂ ਉਹ 'ਚ ਗੱਲ ਲਿਜਾਣ 'ਚ ਕਾਮਯਾਬ ਹੋਏ। ਉੱਥੇ ਸਾਡੇ ਜਿਹੜਾ ਫਾਇਦੇ ਵਾਲੀ ਗੱਲ, ਜਿਹੜਾ ਸਰਕਾਰ ਨੇ ਸੋਚਿਆ ਸੀ 400 ਪਾਰ ਤੋਂ ਕੋਈ ਸਾਡਾ ਰੋਕ ਨਹੀਂ ਸਕਦਾ, ਖੁਦ ਮੈਂ ਸਿਆਸੀ ਪਾਰਟੀਆਂ ਦੇ ਅਸੀਂ ਬਿਆਨ ਵੀ ਸੁਣੇ,
ਖਾਸ ਕਰਕੇ ਹਰਿਆਣੇ ਦੇ ਲੋਕ ਸਾਡੇ ਨਾਲ ਬੈਠੇ ਖਨੌਰੀ, ਉਹਨਾਂ ਦੇ ਵਿੱਚ ਕੋਈ ਲੀਡਰ ਲੜਨ ਦੇ ਮੁਕਾਬਲੇ ਤਿਆਰ ਨਹੀਂ ਸੀ ਕਿ ਬੀਜੇਪੀ ਦੀ ਮੰਨ ਲਈ ਸੀ ਸਿਆਸੀ ਲੋਕਾਂ ਨੇ ਕਿ ਸਰਕਾਰ ਇਹਨਾਂ ਦੀ ਬਹੁਗਿਣਤੀ 'ਚ ਆ ਜਾਣੀ ਆ। ਪਰ ਲੋਕ ਥੱਲੇ ਲੋਕਾਂ 'ਤੇ ਇੰਨਾ ਵਿਰੋਧ ਪਿਆ, ਜਦੋਂ ਅਸੀਂ ਸ਼ੁਭ ਕਰਨ ਵਾਲੀ ਯਾਤਰਾ ਲੈ ਕੇ ਗਏ ਹਰਿਆਣੇ 'ਚ ਗਏ ਤਾਂ ਲੋਕਾਂ ਨੇ ਇੰਨਾ ਵਿਰੋਧ ਕੀਤਾ, ਤਾਂ ਜਦੋਂ ਇਹਨਾਂ ਸਿਆਸੀ ਲੋਕਾਂ ਨੂੰ ਪਤਾ ਲੱਗਿਆ ਵੀ ਲੋਕ ਤਾਂ ਲੜਨ ਲਈ ਤਿਆਰ ਬੈਠੇ ਆ, ਲੋਕ ਵਿਰੋਧ ਨੂੰ ਤਿਆਰ ਬੈਠੇ ਆ, ਤਾਂ ਉਹਦੇ ਵਿੱਚੋਂ ਕਦੇ ਨਹੀਂ ਇਹਨਾਂ ਨੇ ਸੋਚਿਆ ਸੀ ਕਿ ਬੀਜੇਪੀ ਦੀ ਆਪ ਪੱਕੀ ਸਟੇਜ ਸਾਡੇ ਦਸੇ ਦੀ ਦਸਾਂ ਸਾਡੇ ਆ, ਰਾਜਸਥਾਨ ਦੇ ਵਿੱਚ ਚਾਹੁੰਦੇ 25 ਦੀਆਂ 25 ਸਾਡੀਆਂ, ਉੱਥੇ ਇਹਨਾਂ ਦਾ ਸਿਆਸੀ ਨੁਕਸਾਨ ਹੋਇਆ ਸਾਡੇ ਕਿਸਾਨ ਅੰਦੋਲਨ ਕਰਕੇ ਵੱਡੇ ਪੱਧਰ 'ਤੇ ਜਿਹੜਾ ਇਹਨਾਂ ਦਾ ਸਿਆਸੀ ਨੁਕਸਾਨ ਇਸ ਮੋਰਚੇ ਨੇ ਬੈਠਣ ਨਾਲ ਸਾਡੀ ਉਸ ਮੰਗ 'ਚ ਦਲੀਲ ਸੀ ਭਾਰੂ ਸੀ, ਇਹਦੇ ਬਰਾਬਰ ਕੋਈ ਜਵਾਬਦੇਹ ਨਹੀਂ ਸੀ, ਉਹਨਾਂ ਕੋਲ ਦਲੀਲ ਨਹੀਂ ਸੀ ਕਿ ਕਿਸਾਨ ਕਿਉਂ ਬੈਠੇ। ਮੈਨੂੰ ਇਹ ਲੱਗਦਾ ਕਿ ਸਿਆਸੀ ਜਿਹੜਾ ਨੁਕਸਾਨ ਅੱਜ ਉਹ ਜਿਹੜੀ ਇਹ ਕਹਿ ਸਕਦੇ ਹਾਂ ਕਿ ਘੱਟ ਗਿਣਤੀ ਜਾਂ ਜਿਵੇਂ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਹੁੰਦੇ ਜਿਵੇਂ ਕੋਈ ਬੰਦਾ ਹੁੰਦਾ ਵੀ ਲੰਗੜੀ ਸਰਕਾਰ ਆ। ਇੱਕ ਹੋਰ ਵੀ ਤੁਹਾਡੇ ਤੋਂ ਸਵਾਲ ਹੋ ਗਿਆ, ਉਹ ਸੀ ਕਿ ਤੁਹਾਡਾ ਬਣਿਆ ਹੋਇਆ ਗੈਰ ਰਾਜਨੀਤਿਕ ਮੋਰਚਾ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਰਾਜਨੀਤਿਕ ਬੰਦਿਆਂ ਨੂੰ ਮਿਲਦੇ ਹੋ? ਹਾਂ, ਅਸੀਂ ਜਿੰਨੇ ਸਾਡਾ ਰਾਜਨੀਤਿਕ ਜਿਹੜਾ ਵਾਲਾ ਸਵਾਲ ਹੈ ਗੈਰ ਤੌਰ 'ਤੇ ਮੋਰਚੇ ਵਾਲਾ ਦੋਨੇ ਫੋਰਮ ਕੇ ਵਾਲਾ ਵੀ ਅਸੀਂ ਮਿਲੇ ਨਹੀਂ, ਇਹ ਬਹੁਤ ਵੱਡੀ ਗੱਲ ਹੈ। ਅਸੀਂ ਮੰਗ ਕੇ ਮੀਟਿੰਗ ਨਹੀਂ ਲੈਤੀ, ਅਸੀਂ ਇਕੱਲੇ ਬੀਜੇਪੀ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ ਮੰਗ ਪੱਤਰ ਦਿੱਤੇ, ਮੰਗ ਪੱਤਰ ਇਕੱਠ ਕਰਕੇ ਦਿੱਤੇ, ਉਹਦੇ ਵਿੱਚੋਂ ਅਸੀਂ ਖੁੱਲ੍ਹਾ ਸੱਦਾ ਦਿੱਤਾ, ਕਨਵੈਨਸ਼ਨ ਕੀਤੀ ਦਿੱਲੀ ਦੇ ਵਿੱਚ 22 ਤਰੀਕ। ਕਨਵੈਨਸ਼ਨ ਦੇ ਵਿੱਚ ਜਿਹੜੇ ਸਾਰੇ ਹੀ ਸਿਆਸੀ ਪਾਰਟੀਆਂ ਦੇ ਲੋਕ ਗਏ, MP ਜਿਹੜੇ ਨਵੇਂ ਬਣ ਕੇ MP, ਜਿਹੜਿਆਂ ਦੇ ਵਿੱਚ ਉਹਦੇ MP ਆਈ ਜਿਹੜੇ ਉੱਥੇ ਮਿਲੇ, ਸਾਡੇ ਪੰਜਾਬ ਦੇ ਵੀ ਮਿਲੇ, ਹਰਿਆਣੇ ਵਾਲੇ ਵੀ ਮਿਲੇ, ਹਿਮਾਚਲ ਵਾਲੇ ਮਿਲੇ, ਜੰਮੂ ਕਸ਼ਮੀਰ ਵਾਲੇ ਵੀ ਮਿਲੇ, ਤਾਂ ਰਾਜਸਥਾਨ ਵਾਲੇ ਵੀ ਮਿਲੇ, ਤਾਂ ਇਤਨੇ ਆਪਣੇ ਦੂਜੇ ਮਹਾਰਾਸ਼ਟਰ ਵਾਲੇ ਵੀ ਮਿਲੇ, ਜਿਹੜੇ ਉਹ ਸਾਰੇ ਉਹਦੇ ਜਿੰਨੇ MP ਆਏ ਉਹਨਾਂ ਨੇ ਗੱਲ ਰੱਖੀ ਕਿ ਅਸੀਂ ਤਾਂ ਆਪਦੀ ਲੀਡਰਸ਼ਿਪ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਨਾਲ ਇਸ ਇਸ਼ੂਆਂ 'ਤੇ ਸਾਡੀ ਲੀਡਰਸ਼ਿਪ ਵਹਾ ਕੇ ਤੁਹਾਡੀ ਗੱਲਬਾਤ ਹੋ ਜਾਵੇ, ਉਹ ਤੋਂ ਖਾਸ ਕਰਕੇ ਜਿਹੜੀ ਕਾਂਗਰਸ ਵਾਲੀ ਗੱਲ ਆਉਂਦੀ ਹੈ। ਪੰਜਾਬ ਵਾਲਿਆਂ ਨੇ ਅਤੇ ਹਰਿਆਣੇ ਵਾਲਿਆਂ ਨੇ ਖਾਸ ਕਰਕੇ ਕਿਹਾ ਵੀ ਅਸੀਂ ਰਾਹੁਲ ਨਾਲ ਤੁਹਾਡੀ ਮੀਟਿੰਗ ਕਰਵਾਵਾਂਗੇ, ਉਹਦੇ ਵਿੱਚੋਂ ਮੀਟਿੰਗ ਆਪਾਂ ਨੂੰ ਮਿਲੀ, ਇੱਕ ਲੈਤੀ ਨਹੀਂ, ਇੱਕ ਲੈਣ ਦੇ ਵਿੱਚ ਹੋਰ ਫਰਕ ਹੈ। ਆਈ ਸਾਡੀ ਗੱਲ ਉਹ ਜਿਹੜੀ ਪਾਰਲੀਮੈਂਟ 'ਚ ਗਏ ਰੋਕਿਆ ਵੀ, ਪਰ ਰੋਕੇ ਦੇ ਬਾਵਜੂਦ ਵੀ ਉਹ ਜਿਹੜੀ ਮੀਟਿੰਗ ਹੋਈ, ਤਾਂ ਉਹ ਜਿਹੜੀ ਇੱਕ ਵਿਰੋਧੀ ਧਿਰ ਦਾ ਨੇਤਾ ਹੋਣ ਕਰਕੇ ਇਕੱਲੇ ਅਸੀਂ ਕੋਈ ਕਾਂਗਰਸ ਦੇ ਲੀਡਰ ਨੂੰ ਨਹੀਂ ਮਿਲਣੀ। ਜਿਹੜੀ ਬੀਜੇਪੀ ਨੇ ਕਿਹਾ ਕਿ ਆਹ ਦੇਖ ਲਓ ਸਥਿਤੀ ਬਿਲਕੁਲ ਸਪੱਸ਼ਟ ਹੋ ਗਈ, ਅਸੀਂ ਤਾਂ ਪਹਿਲਾਂ ਕਹਿੰਦੇ ਸੀ ਜਿਹੜੇ ਆਹ ਕਿਸਾਨ ਆਗੂ ਨੇ, ਕਿਸਾਨ ਆਗੂ ਨਹੀਂ, ਆਹ ਬੀਜੇਪੀ ਦੇ ਕਾਂਗਰਸ ਦੇ ਆਹ ਏਜੰਟ ਨੇ, ਕਾਂਗਰਸ ਦੇ ਚੱਕੇ ਹੋਏ ਵਿਰੋਧੀ ਧਿਰਾਂ ਦੇ ਚੱਕੇ ਹੋਏ, ਇਹਨਾਂ ਨੇ ਚੋਣਾਂ ਦੇ ਵੇਲੇ ਅੰਦੋਲਨ ਸ਼ੁਰੂ ਕੀਤਾ, ਅੱਜ ਦੇਖ ਲਓ ਜਾ ਕੇ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਲੀਡਰਾਂ ਨੂੰ ਮਿਲਦੇ ਨੇ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਆਹ ਕਾਂਗਰਸ ਦੇ ਬਿਠਾਏ ਹੋਏ ਨੇ। ਦੇਖੋ ਇਹ ਸਵਾਲ ਮੈਨੂੰ ਇਹ ਲੱਗਦਾ ਵੀ ਇਕੱਲਾ ਬੀਜੇਪੀ ਨੇ ਤਾਂ ਛੱਡੇ ਹੀ ਕੁਛ ਨਹੀਂ, ਸਵਾਲ ਬਹੁਤ ਕੀਤੇ। ਜਦੋਂ ਆਪਾਂ 13 ਫਰਵਰੀ ਨੂੰ ਤੁਰੇ ਤਾਂ ਸਾਨੂੰ ਇਹ ਕਿਹਾ ਸੀ ਵੀ ਆਮ ਆਦਮੀ ਪਾਰਟੀ ਨੇ ਬਹਾਏ ਹੋਏ ਨੇ, ਇਹ ਇਹਨਾਂ ਦੀ ਭਗਵੰਤ ਮਾਨ ਦੀ ਸ਼ਹਿ ਹੈ ਜੀ, ਇਹ ਉਹਨਾਂ ਨੇ ਲੈ ਕੇ ਆਉਂਦਾ। ਜਦੋਂ ਅਸੀਂ ਭਗਵੰਤ ਮਾਨ ਨਾਲ ਕਦੇ ਮੀਟਿੰਗ ਕਰਦੇ ਤਾਂ ਇਹ ਲੱਗਦਾ ਭਗਵੰਤ ਮਾਨ ਦੇ ਲੋਕ ਬਹਾਏ ਹੋਏ ਨੇ, ਜਦੋਂ ਕਾਂਗਰਸ ਨਾਲ ਕਦੇ ਮੀਟਿੰਗ ਹੋਈ ਵੀ ਇਹ ਕਾਂਗਰਸ ਦੇ ਬਹਾਏ ਹੋਏ ਨੇ। ਅਸਲ ਦੇ ਵਿੱਚ ਅੱਜ ਤੱਕ ਇੱਕ ਤਸਵੀਰ ਹੈ, ਜਿਹੜਾ ਸਵਾਲ ਬਹੁਤ ਵੱਡਾ ਹੈ ਗੈਰ ਸਿਆਸੀ ਮੋਰਚਾ ਜਿਹੜਾ ਚੱਲਣ, ਉਹਨਾਂ ਨੂੰ ਲੱਭ ਨਹੀਂ ਰਿਹਾ ਕਿ ਜੇ ਅਸੀਂ ਕਿਸੇ ਸਿਆਸੀ ਵਿਚਾਰ ਨਾਲ ਸੰਬੰਧਿਤ ਹੁੰਦੇ ਤਾਂ ਬੜੀ ਛੇਤੀ ਸਾਫ਼ ਕਹਿਣ ਵੀ ਦੇਖੋ ਜੀ ਇਹ ਉਹ ਨੇ। ਇਹ ਦੋਸ਼ ਲੱਗਣੇ ਤੈਅ ਹੈ ਕਿ ਜਦੋਂ ਵੀ ਤੁਸੀਂ ਨਿਰੋਲ ਹੋ ਕੇ ਲੜੋਗੇ, ਆਜ਼ਾਦ ਲੜੋਗੇ, ਇਹ ਸਵਾਲ ਲਾਉਂਦੇ ਹੀ ਰਹਿਣਗੇ, ਕਦੇ ਕਾਂਗਰਸ ਦੇ ਬੰਦੇ ਨੇ, BJP ਦੇ ਬੰਦੇ ਨੇ, ਕਾਮਰੇਡਾਂ ਦੇ ਬੰਦੇ ਨੇ, ਸਵਾਲ ਉੱਠਣਗੇ, ਇਹ ਸੱਚਾਈ ਹੈ, ਉਹਨਾਂ ਨੇ ਕਹਿਣਾ ਹੀ ਹੈ। ਕਿਉਂਕਿ ਜੇ ਇਸ ਮੋਰਚੇ ਬੈਠਣ ਨਾਲ ਜਿਹਨਾਂ ਦਾ ਸਿਆਸੀ ਨੁਕਸਾਨ ਹੋਇਆ ਤਾਂ ਉਹ ਇਹ ਥੋੜ੍ਹੇ ਹੀ ਕਹਿਣਗੇ,
ਤਾਂ ਉਹਨਾਂ ਨੇ ਆਪਦਾ ਜਿਹੜਾ ਨੁਕਸਾਨ ਆ ਉਹ ਸਿਆਸੀ ਹਰਿਆਣੇ 'ਚ ਵੀ ਵੇਖਿਆ, ਯੂਪੀ 'ਚ ਵੀ ਵੇਖਿਆ। ਮੈਨੂੰ ਇਹ ਲੱਗਦਾ ਕਿ ਹਜੇ ਵੀ ਜੇ BJP ਇਸ ਗੱਲ 'ਤੇ ਕਿ ਇਹ ਕਾਂਗਰਸ ਨੇ ਵਹਾਏ ਆ ਜਾਂ ਦੂਜੀਆਂ ਸਿਆਸੀ ਪਾਰਟੀਆਂ ਨੇ ਵਹਾਏ ਹੋਏ ਆ, ਤਾਂ ਜਿਹੜੀਆਂ ਇਹਨਾਂ ਦੀਆਂ ਮਜਬੂਰੀਆਂ ਨੇ, ਜਿਹੜਾ ਇਹਨਾਂ ਦਾ ਜਿਹੜੀ ਅਸੀਂ ਕਹਿੰਦੇ 6 ਮਹੀਨਿਆਂ ਦੀ ਖੇਤੀ ਹੈ ਇਹਨਾਂ ਦੇ ਇਲੈਕਸ਼ਨ ਨੇ, ਚਾਹੇ ਕਿਤੇ ਸਰਪੰਚੀ ਦੇ ਹੋਣ, ਬਲਾਕ ਸੰਮਤੀ ਦੇ ਹੋਣ, ਜ਼ਿਲ੍ਹਾ ਪ੍ਰਸ਼ਾਸਨ ਜੋ ਵੀ, ਜਿਵੇਂ ਹਰਿਆਣੇ ਦੇ ਵਿੱਚ ਮਹਾਰਾਸ਼ਟਰ, ਇਹ ਸਿਆਸੀ ਨੁਕਸਾਨ ਇਹਨਾਂ ਦਾ ਹੋਣਾ। ਹਕੀਕਤ ਸਾਡੀ ਕਿਤੇ ਇਹ ਨਹੀਂ ਗੀ, ਖਾਸ ਕਰਕੇ ਦੋਨੇ ਮੋਰਚਿਆਂ ਦੀ, ਕਿਸੇ ਸਰਕਾਰ ਨੂੰ ਡੇਗਣਾ, ਕਿਸੇ ਸਰਕਾਰ ਨੂੰ ਬਹਾਉਣਾ। ਅਤੇ ਸਾਡੀ ਤਾਂ ਸਿੱਧੀ ਸਿੱਧੀ ਸਾਫ਼ ਗੱਲ ਹੈ ਕਿ ਸਾਡੀ ਸਰਕਾਰ ਨੇ ਮੰਗ ਮੰਨੀ ਹੈ, ਆਹ ਜਿਹੜੀਆਂ ਸਾਡੀਆਂ 12 ਮੰਗਾਂ ਹੈ ਇਹ 'ਤੇ ਚਰਚਾ ਕਰੋ ਕਿ ਇਹ ਮੰਗਾਂ ਜਾਇਜ਼ ਨਹੀਂ, ਇਸ ਮੰਗ ਦੇ ਨਾਲ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ, ਇਸ 'ਤੇ ਚਰਚਾ ਕਰਨੀ ਚਾਹੀਦੀ। ਹਰਿਆਣਾ ਦੇ ਵਿੱਚ ਇਲੈਕਸ਼ਨ ਹੈ, ਤੁਸੀਂ ਹਰਿਆਣਾ ਦੇ ਵਿੱਚ BJP ਦਾ ਵਿਰੋਧ ਕਰੋਗੇ, ਐਂਟੀ BJP ਜਾ ਕੇ ਪ੍ਰਚਾਰ ਕਰੋਗੇ ਹਰਿਆਣਾ ਦੇ ਵਿੱਚ? ਦੇਖੋ, ਪੂਰੇ ਸਾਡੇ ਜਿੰਨਾ ਚਿਰ ਮੋਰਚਾ ਚੱਲਦਾ ਹੈ ਪੂਰੇ ਭਾਰਤ ਦੇ ਵਿੱਚ ਅਸੀਂ BJP ਦਾ ਵਿਰੋਧ ਕਰ ਰਹੇ ਹਾਂ। ਜੇ ਅਸੀਂ ਮੰਗ ਪੱਤਰ ਦਿੱਤੇ ਆ ਸਾਰੇ MPਾਂ ਨੂੰ, ਨਵਿਆਂ ਨੂੰ, ਅਸੀਂ ਇਕੱਲੇ BJP ਨੂੰ 240 ਨੂੰ ਛੱਡ ਕੇ ਮੰਗ ਪੱਤਰ ਦਿੱਤੇ ਆ। ਅੱਜ ਵੀ ਇਹ ਜਿਹੜਾ ਸਵਾਲ ਆ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਵੇ, ਚਾਹੇ ਮਹਾਰਾਸ਼ਟਰ ਦੇ ਵਿੱਚ, ਚਾਹੇ ਯੂਪੀ ਜਿੱਥੇ ਵੀ ਹੋਵੇ, ਚਾਹੇ ਪੰਜਾਬ 'ਚ ਵੀ ਹੋਵੇ, ਅਸੀਂ ਇਹ ਸਵਾਲ, ਇਹ ਜਿਹੜੀਆਂ ਮੰਗਾਂ ਇਹ ਉਠਾਵਾਂਗੇ। ਹਾਂ, ਵਿਰੋਧ ਕਿਸ ਗੱਲ ਕਿਵੇਂ ਕਰਨਾ ਇਸ 'ਤੇ ਅੱਜ ਵੀ ਸਾਡੇ ਦੋਨੇ ਫੋਰਮਾਂ ਦੀ ਚਰਚਾ ਹੋਈ ਆ। ਸਾਡੇ ਦੋਨੇ ਫੋਰਮਾਂ ਦੀ ਚਰਚਾ ਹੋ ਕੇ ਤਾਂ ਇਹ ਤੈਅ ਹੋ ਗਈ ਕਿ ਅਸੀਂ ਜਿਹੜਾ 31 ਵਾਲਾ ਪ੍ਰੋਗਰਾਮ ਜੀ 31 ਵਾਲਾ ਪ੍ਰੋਗਰਾਮ ਪੂਰੇ ਤਿੰਨੇ ਮੋਰਚਿਆਂ ਦੇ ਵਿੱਚ, ਰਤਨਪੁਰਾ ਰਾਜਸਥਾਨ ਦੇ ਵਿੱਚ, ਖਨੌਰੀ ਅਤੇ ਸ਼ੰਭੂ, ਪੂਰੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਅਸੀਂ ਸੱਦਾ ਦਿੱਤਾ ਹੋਇਆ 31 ਅਗਸਤ ਨੂੰ ਕਿ 200 ਦਿਨ ਪੂਰਾ ਹੋ ਰਿਹਾ ਵੀ ਇਹਦੇ ਵਿੱਚ ਜਿਹੜਾ ਚੜ੍ਹਾ ਤਰਾ, ਜੋ ਨੁਕਸਾਨ, ਜੋ ਪ੍ਰਾਪਤੀਆਂ, ਜੋ ਕੁਛ ਹੋਇਆ ਅਸੀਂ ਲੋਕਾਂ ਦੇ ਵਿੱਚ ਰੱਖਾਂਗੇ। 31 ਤੋਂ ਬਾਅਦ ਅਸੀਂ ਜਿਹੜੇ ਵੱਡੇ ਪ੍ਰੋਗਰਾਮ ਦਿੱਤੇ ਹੋਏ ਨੇ ਦੋ ਹਰਿਆਣੇ ਦੇ ਵਿੱਚ, ਇੱਕ ਅਸੀਂ 15 ਤਰੀਕ ਨੂੰ ਕਨਵੈਨਸ਼ਨ ਕਾਨਫਰੰਸ ਕਰ ਰਹੇ ਹਾਂ ਬਹੁਤ ਵੱਡੀ, ਇੱਕ 22 ਨੂੰ ਕਰ ਰਹੇ ਹਾਂ। ਉਹਦੇ ਵਿੱਚ ਵੀ ਜਿਹੜੇ ਮੁੱਦੇ ਨੇ ਸਾਡੇ, ਆਹ ਜਿਹੜਾ ਅੰਦੋਲਨ ਬੈਠੇ ਅਸੀਂ ਲੜ ਰਹੇ ਹਾਂ, ਹਰਿਆਣੇ ਦਾ ਕੀ ਯੋਗਦਾਨ ਹੈ, ਪੰਜਾਬ ਦਾ ਕੀ ਯੋਗਦਾਨ ਹੈ, ਦੂਜੇ ਸਾਰਿਆਂ ਦੀ ਚਰਚਾ ਹੋ ਕੇ ਅਸੀਂ ਉਹਦੇ ਇੱਕ ਜਿਹੜੀ ਸਾਡੀ ਅੱਜ ਸਹਿਮਤੀ ਬਣੀ ਹੈ ਦੋਨੇ ਫੋਰਮਾਂ ਦੀ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤਰੀਕ ਅਸੀਂ 31 ਨੂੰ ਐਲਾਨ ਕਰਾਂਗੇ, ਇੱਕ ਵੱਡੀ ਮੀਟਿੰਗ ਹਰਿਆਣੇ ਦੇ ਵਿੱਚ ਸਾਰੇ ਜਿਹੜੇ ਸਾਡੇ ਫੋਰਮ ਨਾਲ ਸੰਬੰਧਿਤ ਆ ਹਰਿਆਣੇ ਦੇ ਆਗੂ ਉਹਨਾਂ ਨੂੰ ਵਹਾ ਕੇ ਇਹ 'ਤੇ ਚਰਚਾ ਕਰਕੇ ਵਿਰੋਧ ਲਾਜ਼ਮੀ ਕਰਾਂਗੇ। ਵਿਰੋਧ ਤੈਅ ਹੈ ਕਿ ਅਸੀਂ BJP ਦਾ ਵਿਰੋਧ ਕਰਦੇ ਹਾਂ, ਕਿਸ ਹੱਦ ਤੱਕ ਕਿਵੇਂ ਕਰਨਾ, ਝੰਡੇ ਮਾਰਚ ਕਰਨਾ, ਵਿਰੋਧ ਕਰਨਾ, ਸਵਾਲ ਪੁੱਛਣੇ ਹੈ, ਕਿਉਂਕਿ ਸਵਾਲ ਬਹੁਤ ਵੱਡੇ ਪਏ ਨੇ। ਸ਼ੁਭ ਕਰਨ ਵਾਲਾ ਸਵਾਲ ਸਾਡਾ ਹਰਿਆਣੇ ਸਰਕਾਰ ਨਾਲ ਹੀ ਹੈ, ਜਿਹਨੇ ਸਾਨੂੰ ਰੋਕਿਆ, ਜਿਹਨੇ ਕੰਧਾਂ ਕੱਢੀਆਂ, ਜਿਹਨੇ ਗੋਲੀਆਂ ਚਲਾਈਆਂ, ਜਿਹਨੇ ਸਾਡੇ ਨੌਜਵਾਨ ਮਾਰੇ ਨੇ, ਤਾਂ ਇਹ ਸਵਾਲ ਬਹੁਤ ਵੱਡੇ। BJP ਦਾ ਵਿਰੋਧ ਕਰੋਗੇ, ਇਹ ਗੱਲ ਵੀ ਰੱਖੋਗੇ ਕਿ ਵੋਟ ਕਿਸ ਨੂੰ ਪਾਉਣੀ ਹੈ ਹਰਿਆਣਾ ਦੇ ਵਿੱਚ? ਦੇਖੋ, ਇਹ ਸਾਡਾ ਪਹਿਲਾਂ ਵੀ ਤੁਸੀਂ ਲੋਕ ਸਭਾ ਦੇ ਇਲੈਕਸ਼ਨ ਲੰਘੇ ਨੇ, ਚਾਹੇ ਸਰ ਅਸੀਂ ਦਿੱਲੀ ਦੇ ਵਿੱਚ 2020-21 'ਚ ਬੈਠੇ ਸੀਗੇ, ਸਾਡੀ ਨਾ ਕਿਤੇ ਆਈ ਹੈ ਕਿ ਅਸੀਂ ਇਹ ਕਹੀਏ ਵੀ ਇਹਨੂੰ ਹਰਾ ਕੇ ਇਹਨੂੰ ਪਾ ਦਿਓ। ਅਸੀਂ ਇਹ ਦੇਖਿਆ ਵੀ ਆਹ ਜੋ ਕੁਛ ਸਰਕਾਰਾਂ ਨੇ ਸਾਡੇ 'ਤੇ ਅੱਤਿਆਚਾਰ ਕੀਤਾ, ਇਹਦਾ ਫੈਸਲਾ ਤੁਸੀਂ ਕਰਨਾ, ਇਹਨੂੰ ਯਾਦ ਜ਼ਰੂਰ ਕਰੋ ਕਿ ਆਹ ਜਿਹੜੇ ਨੌਜਵਾਨ ਸ਼ੁਭ ਕਰਨ ਵਰਗੇ। ਤੁਸੀਂ BJP ਦਾ ਵਿਰੋਧ ਕਰ ਰਹੇ ਹੋ, ਲੋਕ ਸਭਾ ਤੁਸੀਂ ਗੱਲ ਕੀਤੀ, ਲੋਕ ਸਭਾ ਦੇ ਵਿੱਚ ਵੀ ਕਾਕਾ ਜੀ ਵਿਰੋਧ ਹੋਇਆ ਪੰਜਾਬ ਦੇ ਵਿੱਚ, ਪਰ ਇਸ ਵਿਰੋਧ ਦੇ ਬਾਵਜੂਦ BJP ਦਾ ਇੱਕ ਵੱਡਾ ਵੋਟ ਬੈਂਕ ਖੜ੍ਹਾ ਹੋਇਆ ਪਰਸੈਂਟੇਜ ਦੇ ਤੌਰ ਦੇ ਉੱਪਰ। BJP ਨੂੰ ਤੁਸੀਂ ਦੇਖੋ ਕਿੰਨੀ ਵੋਟ ਪਈ, ਫੋਰ ਐਗਜ਼ਾਮਪਲ ਕਿ ਮਹਾਰਾਣੀ ਪ੍ਰਨੀਤ ਕੌਰ ਕਿੰਨੀ ਵੋਟ ਪਈ ਉਹਨਾਂ ਨੂੰ, ਅਤੇ ਪ੍ਰਨੀਤ ਕੌਰ ਦਾ ਵਿਰੋਧ ਵੀ ਕਿੰਨਾ ਹੋਇਆ, ਵਿਰੋਧ ਦੇ ਬਾਵਜੂਦ ਵੀ ਵੋਟ ਪੈਣਾ, ਕਿ ਵਿਰੋਧ ਦੇ ਵਿੱਚ ਜਾਣ ਨਹੀਂ ਸੀ ਉਹਨੀ? ਦੇਖੋ, ਜਿਹੜਾ ਸਵਾਲ ਪੰਜਾਬ ਦਾ ਅਤੇ BJP ਦਾ, ਮੈਨੂੰ ਇਹ ਲੱਗਦਾ BJP ਨੇ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਹੀ ਨਹੀਂ ਲੜੀ, ਇਲੈਕਸ਼ਨ ਲੜੀ ਜਿਹੜੇ ਕਾਂਗਰਸ 'ਚੋਂ ਆ ਕੇ ਬੰਦੇ ਆਏ, ਰਾਣੀ ਕਾਂਗਰਸ ਹੀ ਸੀ,
ਉਹਨਾਂ ਦੇ ਇੰਨੇ ਰਿਲੇਸ਼ਨ ਪਿੱਛੇ ਹੋ ਗਏ, ਸਾਰਾ ਪਰਿਵਾਰ ਪਿੱਛੇ ਰਿਹਾ, ਮੁੱਖ ਮੰਤਰੀ ਰਿਹਾ, ਤਾਂ ਉਦੋਂ ਜਾਖੜ ਸਾਹਿਬ ਕਾਂਗਰਸ ਦੇ ਰਹੇ, ਸਾਰੇ ਲੀਡਰ ਇਲੈਕਸ਼ਨ ਆਪ ਬੀਜੇਪੀ ਨੇ ਅਸਲ ਦੇ ਵਿੱਚ ਕਹਿ ਕੇ ਵਰਤ ਕੇ ਲੜਾਏ ਨੇ ਇਹ, ਚਾਹੇ ਕੋਈ ਅਕਾਲੀ ਦਲ 'ਚੋਂ ਆਇਆ, ਚਾਹੇ ਕੋਈ ਕਾਂਗਰਸੀਆਂ 'ਚੋਂ ਆਇਆ। ਜਦੋਂ ਬੀਜੇਪੀ ਦੀ ਨੀਤੀ ਪੋਲਸੀ 'ਤੇ ਕਦੇ ਚਰਚਾ ਹੋ ਕੇ ਵੋਟਿੰਗ ਹੋਊਗੀ, ਮੈਨੂੰ ਲੱਗਦਾ ਪੰਜਾਬ ਦੇ ਵਿੱਚੋਂ ਨਹੀਂ ਇਹ ਹੋਣੀ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਨੈੱਟਵਰਕ ਦਾ ਫਾਇਦਾ ਮਿਲਿਆ? ਉਹਨਾਂ ਨੂੰ ਵਰਤੇ ਗਏ ਲੋਕ, ਸਾਡੇ ਹੀ ਚਿਹਰੇ ਬਣਾ ਕੇ ਅੱਜ ਵੀ ਇਸ ਦੌੜ 'ਚ ਨੇ। ਕੋਈ ਭੁਲੇਖਾ ਨਹੀਂ ਕਿ ਪੰਜਾਬ 'ਚ ਕਦੋਂ ਵੀ ਇਲੈਕਸ਼ਨ ਹੋਣ, ਪੰਜਾਬ ਦੇ ਜਦੋਂ ਵੀ ਕਿਤੇ ਦੇਖਣਾ ਸਾਡਾ ਸਿੱਖ ਚਿਹਰਾ ਉਹਨਾਂ ਨੇ ਕਿਵੇਂ ਵਰਤਣਾ। ਇਹ ਹੁਣ ਸਾਡੇ ਲੋਕਾਂ ਨੂੰ ਇਸ ਉਹਨਾਂ ਨੂੰ ਸਮਝ ਚਾਹੀਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਸਾਨੂੰ ਵਰਤ ਕੌਣ ਗਿਆ। ਐਵੇਂ ਕੋਈ ਪਿੱਟੀ ਜਾਵੇ ਜੀ ਮੈਂ ਤਾਂ ਵਿਕਿਆ ਨਹੀਂ, ਮੈਂ ਤਾਂ ਇਹ ਨਹੀਂ ਹੋਇਆ, ਅਗਲਾ ਤਾਂ ਪਤਾ ਨਹੀਂ ਚਾਹ ਦਾ ਕੱਪ ਪਿਆ ਕੇ ਵੀ ਹੀ ਆਪਦਾ ਲਾਹਾ ਪੂਰਾ ਕਰ ਜੇ। ਪੋਲੀਟੀਕਲ ਸਪੇਸ ਬਹੁਤ ਹੈ ਹਾਂ ਪੰਜਾਬ ਦੇ ਵਿੱਚ, ਕੀ ਕਿਸਾਨ ਆਗੂ ਕਦੇ ਭਰਨ ਦੀ ਕੋਸ਼ਿਸ਼ ਕਰਨਗੇ ਇਹਨੂੰ? ਦੇਖੋ ਸਾਡੀ ਇਸ ਗੱਲਾਂ ਤੋਂ ਜੋ ਕੁਛ ਹੋ ਰਿਹਾ ਹਾਲਾਤ ਕਿਸਾਨੀ ਦੇ, ਮੈਂ ਕਹਾਂ ਜਦੋਂ ਸਾਡੇ 'ਤੇ ਸਵਾਲ ਵੀ ਉੱਠਦਾ ਵੀ ਯਾਰ ਤੁਸੀਂ ਕਿਸਾਨੀ ਦੀ ਗੱਲ ਕਰ ਦਿਓ, ਕਿਸਾਨੀ ਦੇ ਕਿੱਤੇ ਨੂੰ ਬਚਾਉਣ ਲਈ ਕਿਸੇ ਨੇ ਅੱਜ ਤੱਕ ਕੋਈ ਨੀਤੀ ਪੋਲਸੀ ਬਣਾਈ ਨਹੀਂ, ਇਸ 'ਤੇ ਰਾਹ 'ਤੇ ਕਿਤੇ ਚਰਚਾ ਹੋਈ ਨਹੀਂ, ਖਾਸ ਕਰਕੇ ਸਾਡੇ ਵਰਗੇ ਵੀ ਹੀ ਜਿਹੜੇ ਕਿਸਾਨੀ 6-6 ਮਹੀਨੇ ਝੋਨਾ ਪਾਲਣ 'ਤੇ ਦਿਨ ਰਾਤ ਮੋਟਰਾਂ 'ਤੇ ਰਹਿਣ ਵਾਲੇ, ਅੱਜ ਸਾਡੇ ਹੀ ਨਹੀਂ ਪਤਾ ਕਿ ਸਾਡਾ ਇਹਦਾ ਕਿੰਨਾ ਖਰਚ ਆਉਂਦਾ, ਸਾਨੂੰ ਘਾਟਾ ਕਿੰਨਾ ਪੈਂਦਾ, ਇਹ 'ਚੋਂ ਸਾਡਾ ਬਣਦਾ ਕੀ ਹੈ। ਅਸੀਂ MSP ਗਰੰਟੀ ਕਾਨੂੰਨ ਦੀ ਕਦੇ ਪਰਿਵਾਰ 'ਚ ਬਹਿ ਕੇ ਚਰਚਾ ਨਹੀਂ ਕੀਤੀ। ਸਾਡੀ ਇੱਕ ਲਈ ਜੇ ਅਸੀਂ ਇਹ ਕਹਿ ਲਈਏ ਕਿ ਕਿਸਾਨਾਂ ਲਈ ਇੱਕ ਪੇ ਕਮਿਸ਼ਨ ਬਣਿਆ, ਮੁਲਾਜ਼ਮਾਂ ਲਈ ਬਣਦੇ ਨੇ, ਉਹ ਭਾਵਾਂ ਘੱਟ ਗਿਣਤੀ 'ਚ ਹੈ ਭਾਵਾਂ ਥੋੜ੍ਹੇ ਆ ਵਾਹਲੇ ਆ, ਉਹ ਆਪਦਾ ਪੇ ਕਮਿਸ਼ਨ ਭਾਵਾਂ ਨੂੰ ਲੜਨਾ ਪਵੇ, ਹੜਤਾਲਾਂ ਕਰਨੀਆਂ ਪੈਣ, ਉਹ ਆਪਦਾ ਲਾਗੂ ਕਰਵਾ ਲੈਂਦੇ ਨੇ। 2006 ਤੋਂ ਲੈ ਕੇ ਪੂਰੇ ਭਾਰਤ ਦੀਆਂ, ਮੈਂ ਤਾਂ ਇਹ ਕਹਿ ਦਿੰਦਾ ਹੁੰਦਾ ਬਹੁਤ ਵਾਰੀ ਮੈਂ ਕਿਹਾ ਕਿ 500-600 ਕਿਸਾਨ ਜਥੇਬੰਦੀ ਹੋ ਗਏ, ਕਿਸਾਨੀ ਨਾਂ ਲੱਗਦਾ ਹੋਵੇ, ਕਿਸਾਨੀ ਮੁੱਦੇ 'ਤੇ ਲੜਦੇ ਹੋਣ, ਇੱਕ ਪੇ ਕਮਿਸ਼ਨ ਬਣਿਆ ਅਤੇ ਉਹ 'ਤੇ ਸਾਡੀ ਸਹਿਮਤੀ ਨਹੀਂ ਬਣੀ ਕਿ ਲਾਗੂ ਕਰਾਉਣ ਲਈ ਨਹੀਂ ਅਸੀਂ ਇਕੱਠੇ ਹੋਏ। ਇਦੋਂ ਬਦਕਿਸਮਤੀ ਸਾਡੇ ਕਿਸਾਨਾਂ ਦੀ, ਸਾਡੇ ਭਾਈਚਾਰਿਆਂ ਦੀ, ਕਦੇ ਆਗੂਆਂ ਨੇ ਬੈਠ ਕੇ ਸੋਚਿਆ? ਇਹ ਤਾਂ ਦੇਖੋ ਅਸੀਂ ਗੱਲ ਕਿਸਾਨ ਅੰਦੋਲਨ ਦੇ ਵਿੱਚ ਵੀ ਕਰਦੇ ਰਹੇ ਹਾਂ ਕਿ ਕਿਸਾਨ ਆਗੂ ਲੋਕਾਂ ਨੂੰ ਤਾਂ ਸੁਨੇਹਾ ਦਿੰਦੇ ਨੇ ਕਿ ਤੁਸੀਂ ਕਿਸਾਨੀ ਦੇ ਡੰਡੇ ਅਤੇ ਝੰਡੇ ਥੱਲੇ ਇਕੱਠੇ ਹੋ ਜਾਓ। ਕਿਸਾਨ ਆਗੂ ਵੀ ਕਿੰਨੀ ਅਲੱਗ ਅਲੱਗ ਆਪਣੀ ਜਥੇਬੰਦੀਆਂ ਬਣਾਈ ਫਿਰਦੇ ਨੇ, ਉਹ ਇੱਕ ਪਲੇਟਫਾਰਮ 'ਤੇ ਕਿਉਂ ਨਹੀਂ ਆ ਸਕਦੇ? ਇਹ ਸਵਾਲ ਵੱਡਾ, ਇਹ 'ਤੇ ਜੇ ਕਿਸਾਨ ਵਿਚਾਰ ਜ਼ਰੂਰ ਕਰਨੇ। ਪਹਿਲਾਂ ਤਾਂ ਜਦੋਂ ਕਿੱਤੇ ਦੀ ਜਥੇਬੰਦੀ ਇੱਕ ਚਾਹੀਦੀ ਹੈ, ਚਾਹੇ ਕਿਸੇ ਵੀ ਵਰਗ ਦੀ ਹੈ, ਚਾਹੇ ਕੋਈ ਟਰੱਕ ਜਥੇਬੰਦੀ ਹੈ, ਚਾਹੇ ਮੰਨ ਲਓ ਆੜ੍ਹਤੀਏ ਹੋ ਗਏ, ਚਾਹੇ ਕੁਛ ਵੀ ਹੋ ਗਿਆ, ਉਹਨਾਂ ਦੀ ਇੱਕ ਇੱਕ ਜਥੇਬੰਦੀ ਹੈ। ਠੀਕ ਹੈ, ਕੁਛ ਵਿਚਾਰ ਕਿਸੇ ਨੇ ਅੱਡੋਡੀ, ਕਿਸੇ ਨੇ ਦੋ ਬਣਾ ਲਈਆਂ ਸਿਆਸੀ ਪਾਰਟੀ ਤੌਰ 'ਤੇ। ਕਿਸਾਨਾਂ ਦਾ ਜਿਹੜਾ ਸਵਾਲ ਵੀ ਠੀਕ ਹੈ, ਹਰੇਕ ਇਹ ਕਹਿੰਦਾ ਜਾਂ ਵੀ ਕਿਸਾਨਾਂ ਨੂੰ ਸਾਨੂੰ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ, ਲੋਕ ਤਾਂ ਹੋਏ ਆ, ਲੋਕ ਤਾਂ 84 ਤੋਂ ਲੈ ਕੇ ਮੈਂ ਦੇਖਿਆ, ਮੈਂ ਸਾਰੇ ਹੀ ਆਗੂਆਂ ਦੇ ਨਾਲ ਕੰਮ ਕੀਤਾ, ਵੱਡੇ ਵੱਡੇ ਆਗੂ ਨਾਲ, ਲੋਕ ਤਾਂ ਜੇਲ੍ਹਾਂ 'ਚ ਵੀ ਗਏ ਨੇ, ਲੋਕਾਂ ਨੇ ਗੋਲੀਆਂ ਵੀ ਖਾਧੀਆਂ, ਲੋਕਾਂ ਨੇ ਡਾਂਗਾਂ ਵੀ ਖਾਧੀਆਂ ਨੇ, ਅਤੇ ਭੱਜੇ ਤਾਂ ਲੀਡਰ ਨੇ, ਕਿਸਾਨ ਤਾਂ ਭੱਜੇ ਨੇ। ਜਿਹੜੇ ਅਸੀਂ ਕਹਿੰਦੇ ਵੀ ਸਿਆਸੀ ਲੋਕਾਂ ਨੂੰ ਅਸੀਂ ਸਟੇਜ 'ਤੇ ਨਹੀਂ ਚੜ੍ਹ ਦੇਣਾ ਅਤੇ ਆਪ ਇਲੈਕਸ਼ਨ ਲੜ ਲੈਣਾ, ਫਿਰ ਕਸੂਰ ਕਿਸਾਨਾਂ ਦਾ ਨਹੀਂ, ਸਾਡਿਆਂ ਦਾ, ਚਾਹੇ ਵੱਡੇ ਲੀਡਰ ਸਾਡੇ ਉਦੋਂ ਦੇ ਹੁਣ 84 ਵਾਲੇ, ਚਾਹੇ 85 ਵਾਲੇ, ਜਿਹੜੇ ਸਾਡੇ ਆਗੂ ਉਸ ਸਟੈਂਡ ਤੋਂ ਉਸ ਲੈਣ ਤੋਂ ਤਿਲਕ ਗਏ, ਲੋਕ ਨਹੀਂ ਤਿਲਕੇ। ਅਸੀਂ ਤਾਂ ਉਸ ਗੱਲ ਦੀ ਜਿਹੜੀ 2006 ਦੀ ਅੱਜ ਪੇ ਕਮਿਸ਼ਨ ਦੀ ਗੱਲ ਕਰਦੇ ਹਾਂ ਜਾਂ ਸਾਡੇ ਸਵਾਮੀਨਾਥਨ ਦੀ ਗੱਲ ਕਰਦੇ ਹਾਂ, ਜੇ ਕਿਸਾਨ ਆਗੂ ਇਹ ਵੀ ਸਮਝਣ, ਅੱਜ ਵੀ ਸਹਿਮਤੀ ਨਹੀਂ, ਅੱਜ ਤਾਂ ਲੜ ਰਹੇ ਹਾਂ ਜੀ, ਅੱਜ ਤਾਂ ਕੇਸ ਵੀ ਪਏ ਆ, ਸਾਡੇ ਟਰੈਕਟ ਵੀ ਭੰਨਤੇ, ਨੌਜਵਾਨ ਵੀ ਸ਼ਹੀਦ ਹੋ ਗਿਆ, ਅੱਜ ਵੀ ਕੀ ਰੇਟ ਕਹਿ ਯਾਰ, ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਲੱਖ ਮਤਭੇਦ ਹੋਣ ਸਾਡੇ, ਕਿਸੇ ਨੂੰ ਇਹ ਲੱਗਦਾ ਹੋਵੇ ਯਾਰ ਨਹੀਂ ਸੜਕਾਂ ਤਾਂ ਬਹੁਤ ਪਈਆਂ, ਅੱਜ ਵੀ ਦਿੱਲੀ ਤਾਂ ਦੁਸ਼ਮਣ ਦੇਖਣਾ ਚਾਹੀਦਾ ਕਿ ਦੁਸ਼ਮਣ ਸਾਡਾ
ਕੌਣ ਹੈ, ਆਪ ਇਹਦੇ ਮਤਭੇਦ ਬਹੁਤ ਛੋਟੇ ਨੇ, ਰਹਿੰਦੇ ਰਹਿਣਗੇ ਠੀਕ ਹੈ, ਪਰਿਵਾਰ 'ਚ ਵੀ ਆ ਜਾਂਦੇ ਨੇ, ਪਰ ਖਾਸ ਕਰਕੇ ਜੀ ਤਾਂ ਕਿਸਾਨ ਜਥੇਬੰਦੀ ਦਾ ਨਾਂ ਆਗੂ ਦੇ ਨਾਂ ਲੱਗਦਾ। ਮੈਂ ਇੱਕ ਦਿਨ ਉਹਦੇ ਵੀ ਚਰਚਾ ਤੁਹਾਡੇ ਆਪਾਂ ਤੁਸੀਂ ਇੱਕ ਇੰਟਰਵਿਊ ਕੀਤੀ ਕਿਸੇ ਆਗੂ ਨੇ ਜੀ, ਮੈਂ ਬੜਾ ਫਿਕਰਮੰਦ ਹਾਂ ਕਿ ਅੱਜ ਤਾਂ ਜਿਹੜੇ ਕਿਸਾਨ ਆਗੂ ਛੋਟੇ ਛੋਟੇ ਵੱਡੀਆਂ ਵੱਡੀਆਂ ਬਣਾ ਕੇ ਲੋਕ ਬੜੇ ਰਿਸ਼ਵਤਾਂ ਲੈ ਰਹੇ ਨੇ, ਬੜਾ ਇੱਕ ਧੰਦਾ ਚਲਾ ਰਹੇ ਨੇ, ਯਾਰ ਜ਼ਿੰਮੇਵਾਰੀ ਸਾਡੀ ਹੈ, ਅਸੀਂ ਉਸ ਜ਼ਿੰਮੇਵਾਰੀ ਤੋਂ ਤਿਲ ਕੇ ਤਾਂ ਮੌਕਾ ਮਿਲਿਆ, ਤਾਂ ਇਹ ਵਾਕਿਆ ਵਿਚਾਰਨ ਵਾਲਾ ਇਸ਼ੂ ਹੈ। ਕਿਸਾਨਾਂ ਨੂੰ ਆਪਦੇ ਨਾਲ ਨਾਲ ਖੇਤੀ ਦੇ ਨਾਲ ਕਰਨ, ਜਥੇਬੰਦੀ ਦੀ ਵੀ ਨੀਤੀ ਪੋਲਸੀ ਪੜਤਾਲ ਕਰਕੇ ਐਵੇਂ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ, ਉੱਤੇ ਸਟੈਂਡ ਲੈਣਾ ਚਾਹੀਦਾ ਕਿ ਇੱਥੇ ਤੁਸੀਂ ਗਲਤ ਹੋ। ਅੱਜ ਵੀ ਆਪਾਂ ਮੋਰਚੇ 'ਤੇ ਲੜਦੇ, ਕਿਸਾਨਾਂ ਦਾ ਫਰਜ਼ ਹੈ, ਕਿਸਾਨ ਇੱਥੇ ਸੋਚਣ ਕਿ ਤੁਸੀਂ ਗਲਤ ਲੜਦੇ ਹੋ, ਤਾਂ ਸਾਨੂੰ ਮੰਨਣਾ ਚਾਹੀਦਾ ਕਿ ਅਸੀਂ ਇਸ ਇਸ਼ੂ 'ਤੇ ਗਲਤ ਲੜਦੇ। ਜਿੱਦ ਨਾਲ ਕਦੇ ਨਹੀਂ ਮਸਲੇ ਹੱਲ ਹੁੰਦੇ, ਨਾ ਜਿੱਦ ਨਾਲ ਘੋਲ ਲੜੇ ਜਾਂਦੇ, ਦਲੀਲ ਨਾਲ। ਅੱਜ ਸਾਡੇ ਇਸ ਇਸ਼ੂ ਨੇ, ਸਾਡੀ ਇਸ ਚਰਚਾ ਨੇ ਪੂਰੇ ਦੇਸ਼ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਪੂਰੀ ਦੁਨੀਆ ਦੇ ਲੋਕਾਂ ਨੇ ਮੰਨ ਲਿਆ ਕਿ ਕਿਸਾਨਾਂ ਨੂੰ MSP ਕ੍ਰਾਂਤੀ ਕਾਨੂੰਨ ਮਿਲਣਾ ਚਾਹੀਦਾ ਜੀ, ਸੱਚਾਈ ਹੋਈ ਹੈ ਬਿਲਕੁਲ, ਹੈ ਨਾ। ਜੇ ਅੱਜ ਵੀ ਕਹੇ ਕੋਈ ਕਿਸਾਨ ਕਹੇ ਯਾਰ ਇਸ ਮਿਲਣ ਨਾਲ, ਇਸ ਬੈਠਣ ਨਾਲ, ਤਾਂ ਮੇਰੀ ਬਹੁਤ ਬਦਨਾਮੀ ਹੋ ਜਾਣੀ, ਬਦਨਾਮੀ ਤਾਂ ਆਟੋਮੈਟਿਕ ਹੋ ਜਾਣੀ ਜੀ। ਅਤੇ ਮੈਨੂੰ ਇੱਕ ਹੋਰ ਗੱਲ ਦੱਸਿਓ ਕੋਟਲਾ ਸਾਹਿਬ, ਪਿਛਲੇ ਦਿਨ ਹੀ ਨੀਤੀਨ ਗਡਕਰੀ ਨੇ ਇੱਕ ਚਿੱਠੀ ਲਿਖੀ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਜਿਹੜੀ ਕਾਨੂੰਨੀ ਵਿਵਸਥਾ ਉਹ ਠੀਕ ਨਹੀਂ ਹੈ, ਇਸ ਕਰਕੇ ਅਸੀਂ 3300 ਕਰੋੜ ਦੇ ਜਿਹੜੇ 3 ਪ੍ਰੋਜੈਕਟ ਸੀ ਉਹ ਪ੍ਰੋਜੈਕਟ ਤਾਂ ਅਸੀਂ ਰੱਦ ਕਰਦੇ ਹਾਂ, ਜਿਹੜੇ ਹੋਰ ਪ੍ਰੋਜੈਕਟ ਵੀ ਰਹਿੰਦੇ ਨੇ, ਜੇਕਰ ਕਾਨੂੰਨੀ ਵਿਵਸਥਾ ਦਾ ਲਾਅ ਐਂਡ ਆਰਡਰ ਦਾ ਹੀ ਹਾਲ ਰਿਹਾ ਤਾਂ ਅਸੀਂ ਇਹ ਪ੍ਰੋਜੈਕਟ ਵੀ ਰੱਦ ਕਰ ਦਾਂਗੇ। ਉਹ ਪ੍ਰੋਜੈਕਟ ਨੇ ਕਿ ਜਿਹੜੇ ਵੱਡੇ ਵੱਡੇ ਕੋਰੀਡੋਰ ਪੰਜਾਬ ਦੇ ਵਿੱਚੋਂ ਬਣ ਰਹੇ ਨੇ, ਦਿੱਲੀ ਕਟੜਾ ਜੰਮੂ ਐਕਸਪ੍ਰੈਸ ਵੇ ਪੰਜਾਬ ਦੇ ਵਿੱਚੋਂ ਬਣ ਰਹੇ ਨੇ, ਅਤੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹ ਐਕੁਆਇਰ ਕੀਤੀਆਂ ਜਾ ਰਹੀਆਂ ਨੇ, ਅਤੇ ਹੁਣ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਇਸ ਚੀਜ਼ ਦਾ ਰੌਲਾ ਪਿਆ ਹੋਇਆ। ਕਿਸਾਨ ਕਹਿੰਦੇ ਕਿ ਸਾਡੀਆਂ ਜ਼ਮੀਨਾਂ ਧੱਕੇ ਦੇ ਨਾਲ ਤੱਪ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਨੇ ਜਵਾਬ ਦਿੱਤਾ ਕੇਂਦਰ ਨੂੰ, ਉਹ ਕਹਿੰਦੇ ਕਿ ਤੁਸੀਂ ਸਾਨੂੰ ਪੈਸੇ ਨਹੀਂ ਦੇ ਰਹੇ ਜ਼ਮੀਨਾਂ ਦੇ, ਤੁਸੀਂ ਯੂਪੀ ਬਿਹਾਰ ਦੇ ਵਿੱਚ ਜਿਸ ਭਾਅ ਦੇ ਉੱਪਰ ਜ਼ਮੀਨਾਂ ਖਰੀਦ ਰਹੇ ਹੋ, ਪੰਜਾਬ ਦੇ ਵਿੱਚ ਵੀ ਤੁਸੀਂ ਉਸੇ ਭਾਅ ਦੇ ਉੱਪਰ ਜ਼ਮੀਨਾਂ ਖਰੀਦਣਾ ਚਾਹੁੰਦੇ ਹੋ, ਅਤੇ ਉਗਰਾਹਾਂ ਜਥੇਬੰਦੀ ਨੇ ਅੱਜ ਮਲੇਰਕੋਟਲਾ ਦੇ ਵਿੱਚ ਵੀ ਹੈ ਨਾ ਪ੍ਰਦਰਸ਼ਨ ਕੀਤਾ। ਜਿਹੜੀਆਂ ਤੁਹਾਡੀ ਜਥੇਬੰਦੀ ਹੈ, ਸਿੱਧੂ ਪਰ ਜਥੇਬੰਦੀ ਹੈ ਜਾਂ ਗੈਰ ਰਾਜਨੀਤਿਕ ਮੋਰਚਾ ਜਿਹੜਾ, ਇਹਦਾ ਕੀ ਸਟੈਂਡ ਹੈ? ਇਹਨਾਂ ਜਿਹੜੇ ਕੋਰੀਡੋਰ ਬਣ ਰਹੇ ਨੇ, ਰੇਲਵੇ ਦੇ ਪ੍ਰੋਜੈਕਟ ਬਣ ਰਹੇ ਨੇ, ਬਿਜਲੀ ਦੀ ਵੱਡੀ ਵੱਡੀ ਲਾਈਨਾਂ ਪੰਜਾਬ ਦੇ ਵਿੱਚੋਂ ਨਿਕਲ ਰਹੀਆਂ ਨੇ, ਤੁਸੀਂ ਕਿਹਨਾਂ ਅਰਥਾਂ 'ਚ ਲੈ ਰਹੇ ਹੋ ਇਹਨਾਂ ਨੂੰ? ਵੀ ਪਹਿਲੀ ਤਾਂ ਗੱਲ ਅਸੀਂ ਬੜੇ ਵਾਰੀ ਇਹ ਸਾਫ਼ ਕਰ ਚੁੱਕੇ ਹਾਂ ਕਿ ਸਾਡੇ ਪੂਰੇ ਪੰਜਾਬ ਦੇ ਕਿਸਾਨਾਂ ਦੀ ਮੰਗ ਹੀ ਨਹੀਂ ਸੀ ਕਿ ਰੋਡ ਨਿਕਲਣਾ ਚਾਹੀਦਾ, ਅਸੀਂ ਇਹਨੂੰ ਮੁੜ ਤੋਂ ਰੱਦ ਕਰਦੇ ਸੀਗੇ। ਬੜੀ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ, ਅਸੀਂ ਉਦੋਂ ਵੀ ਇਸ਼ੂ ਕਿਹਾ ਸੀ ਕਿ ਕਿਸਾਨਾਂ ਦੀ ਮੰਗ ਹੀ ਨੇ ਕਿ ਰੋਡ ਨਿਕਲਣਾ ਚਾਹੀਦਾ, ਭਾਰਤ ਮਾਲਾ ਸਾਨੂੰ ਨਹੀਂ ਲੋੜ, ਇਹ ਲੋੜ ਹੈ ਉਹਨਾਂ ਲੋਕਾਂ ਨੂੰ ਜਿਹਨੇ ਵੱਡੇ ਵੱਡੇ ਫਾਰਮ ਬਣਾ ਕੇ ਸਾਰੀ ਦੁਨੀਆ ਦੇ ਨਕਸ਼ੇ 'ਤੇ ਜੋੜਨਾ। ਫਿਰ ਵੀ ਅਸੀਂ ਕਿਹਾ ਵੀ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ, ਮੰਨ ਲਓ ਇੱਕ ਕਿੱਲੇ ਜ਼ਮੀਨ ਦੇ ਵਿੱਚ ਦੀ ਨਿਕਲਦਾ, 2 ਕਨਾਲਾਂ ਉੱਧਰ ਰਹਿ ਗਿਆ, 2 ਉੱਧਰ ਰਹਿ ਗਿਆ, ਨਾ ਉਸ ਕਿਸਾਨ ਨੂੰ ਰਸਤਾ, ਨਾ ਉਸ ਕਿਸਾਨ ਨੂੰ ਕੋਈ ਪਾਣੀ ਦਾ ਪ੍ਰਬੰਧ, ਉਹ ਕਿਸਾਨ ਜਾਊ ਕਿੱਧਰ? ਜਾਂ ਸਾਡਾ ਕਿਤੇ ਖਾਤਾ ਇਕੱਠਾ ਹੈ, ਭੂਆ ਦੇ ਨਾਂ ਬੋਲਦੀ ਹੈ, ਭੈਣ ਦੇ ਨਾਂ ਜ਼ਮੀਨ ਦੀ, ਜਾਂ ਸਾਡੇ ਭਾਈਆਂ ਦਾ ਇਹ ਹੁੰਦਾ ਵੀ ਮੇਰੀ ਜ਼ਮੀਨ ਪਿੱਛੇ ਕਿ ਦੂਜੇ ਭਾਈ ਦੀ ਆ ਗਈ, ਇਹ ਬੜੇ ਮਸਲੇ ਨੇ। ਇਹ ਤਾਂ ਪੰਜਾਬ ਸਰਕਾਰ ਨੇ ਇੱਕ ਵਾਰੀ ਵੀ ਕਦੇ ਮੀਟਿੰਗ ਸੀਰੀਅਸ ਨਹੀਂ ਸਮਝੀ, 4 ਮੀਟਿੰਗਾਂ ਹੋਈਆਂ ਸਾਡੀਆਂ, ਅਸੀਂ ਇਹਦਾ ਵਿਰੋਧ ਕਰਦੇ ਬਈ, ਅਸੀਂ ਤਾਂ ਚਾਹੁੰਦੇ ਨਹੀਂ। ਜੇ ਤੁਸੀਂ ਫਿਰ ਵੀ ਚਾਹੁੰਦੇ ਹੋ, ਘੱਟੋ ਘੱਟ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ, ਜਿਹੜੇ ਕਿਸਾਨ ਰੋਜ਼ ਆਪਦੀ ਜ਼ਮੀਨ ਰੋਜ਼ੀ ਰੋਟੀ ਲਈ ਜ਼ਮੀਨ ਵਰਤਦੇ ਹੋ ਤੁਸੀਂ ਧੱਕੇ ਦੇ ਨਾਲ, ਬਹੁਤ ਕਿਸਾਨ ਇਹੋ ਜਿਹੇ ਨੇ, ਅਸੀਂ ਇਹਦਾ ਵਿਰੋਧ ਵੀ ਕੀਤਾ ਸੀ ਆਪਣੇ ਖਾਸ ਕਰਕੇ ਲੁਧਿਆਣੇ ਦੇ ਵਿੱਚ, ਅਸੀਂ ਦੋਨੇ ਜਥੇਬੰਦੀਆਂ ਨੇ ਉਦੋਂ ਵਿਰੋਧ ਕੀਤਾ, ਲੜੇ ਕਿ ਇਸ ਕਿਸਾਨ ਨੂੰ ਇੱਕ ਨੂੰ ਪੈਸਾ ਵੀ ਨਹੀਂ ਮਿਲਿਆ, ਅਤੇ ਉਹਦੇ ਭਰਤ ਪਾ ਰਹੀ ਉਹਦੀ ਧਰਨਾ ਲਾਇਆ ਸੀ, ਧਰਨਾ ਲਾਇਆ, ਕਣਕ ਵੀ ਉਹਦੀ ਵਾਹਤੀ, ਕਣਕ ਦੇ ਵਿੱਚ ਰਾਤ ਨੂੰ 4-4 ਵਜੇ ਜਾ ਕੇ ਅਸੀਂ ਉਹ ਰੋਕਦੇ ਰਹੇ।
ਤੇ ਅੱਜ ਜੇ ਮੁੱਖ ਮੰਤਰੀ ਇਹ ਦਲੀਲ ਦੇਣ ਦੀ ਬਜਾਏ ਜੀ ਯੂਪੀ ਦੇ ਵਿੱਚ ਕਿੰਨੇ ਪੈਸੇ ਮਿਲ ਗਏ ਹਰਿਆਣੇ 'ਚ, ਇਸ਼ੂ ਇਹ ਨਹੀਂ, ਤੂੰ ਕੀ ਕੀਤਾ? ਮੁੱਖ ਮੰਤਰੀ ਆ, ਮੁੱਖ ਮੰਤਰੀ ਦਾ ਕੀ ਫਰਜ਼ ਬਣਦਾ ਕਿ ਕਿਸਾਨਾਂ ਨੂੰ ਸੱਦ ਕੇ ਕਿਤੇ ਉਹ ਸਮੱਸਿਆ ਦਾ ਹੱਲ ਕੀਤਾ? ਤੁਹਾਨੂੰ ਤਾਂ ਕਮਿਸ਼ਨ ਮਿਲਣਾ, ਪੰਜਾਬ ਸਰਕਾਰ ਨੂੰ ਕਮਿਸ਼ਨ ਮਿਲਣਾ ਇਸ ਰੋਡ ਦਾ। ਤੁਸੀਂ ਆਪਦੇ ਕਮਿਸ਼ਨ ਦੀ ਖਾਤਰ, ਸਾਡੇ ਆਪਦੇ ਲੋਕ ਜਿਹਦੀ ਖਾਤਰ ਇਹ ਕਹਿੰਦੇ ਸੀ ਵੀ ਅਸੀਂ ਤਾਂ ਬਦਲਾਅ ਲਵਾਂਗੇ, ਆਹੀ ਬਦਲਾ ਕੇ ਕਿਸਾਨਾਂ ਦੇ ਸਾਡੇ ਲੱਤਾਂ ਤੜਾ ਰਹੇ ਹੋ, ਸਾਡੇ ਤੁਸੀਂ ਟਰੈਕਟ ਬਣਾ ਰਹੇ ਹੋ, ਸਾਡੇ ਤੁਸੀਂ ਕਣਕਾਂ ਝੋਨਾ ਵਾਹ ਰਹੇ ਹੋ, ਤੁਸ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ? ਸਟੈਂਡ ਲੈਣਾ ਚਾਹੀਦਾ। ਦੇਖੋ, ਅਸੀਂ ਨਹੀਂ ਕਿਸੇ ਨਾਲ ਕਰਨਾ ਚਾਹੀਦਾ, ਅਸੀਂ ਉਦੋਂ ਵੀ ਵਿਰੋਧ ਕੀਤਾ ਜੋ ਪ੍ਰਧਾਨ ਮੰਤਰੀ ਆਪਣੇ ਪੰਜਾਬ 'ਚ ਆਇਆ, ਉਹ ਵੀ ਇੱਕ ਮੁੱਖ ਮੰਤਰੀ ਸੀਗਾ, ਭਾਵੇਂ ਸਾਡਾ ਕੋਈ ਕਿਸੇ ਨਾਲ ਨਹੀਂ ਦਿੱਤਾ, ਵਿਰੋਧ ਕੀਤਾ, ਕਿਸਾਨਾਂ ਲਈ ਖੜ੍ਹੇ, ਡਰ ਤਾਂ ਉਹਨਾਂ ਵੀ ਸੀ ਮੇਰੀ ਕੁਰਸੀ ਜਾ ਸਕਦੀ ਹੈ, ਪਰ ਸਟੈਂਡ ਲੈਤਾ ਕਿ ਪੰਜਾਬ ਦੇ ਲੋਕਾਂ ਨੇ ਕੁਛ ਨਹੀਂ ਕੀਤਾ। ਮੈਂ ਖਾਸ ਕਰਕੇ ਕਹਿਣਾ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਦੇ ਖਿਲਾਫ਼, ਉਹਦੇ ਬਿਆਨ ਦੇ ਖਿਲਾਫ਼ ਸਟੈਂਡ ਲੈਣਾ ਚਾਹੀਦਾ ਕਿ ਸਾਡੇ ਕਿਸਾਨਾਂ ਦੀ ਇਹ ਸਮੱਸਿਆ, ਐਵੇਂ ਆਧਾਰ ਨਾ ਦੇ ਕੇ ਇਹਨੂੰ ਪ੍ਰੋਗਰਾਮ ਨੂੰ ਧਲਕਾ ਕੇ ਉੱਧਰਲੇ ਪਾਸੇ ਨਹੀਂ ਗੇਮ ਲੈ ਕੇ ਜਾਣੀ ਚਾਹੀਦੀ। ਜੇ ਹਾਂ, ਕੇਂਦਰ ਇੱਕ ਧਮਕੀ ਦਿੰਦੀ ਹੈ ਕਿ ਅਸੀਂ ਪ੍ਰੋਜੈਕਟ ਰੋਕ ਦਾਂਗੇ, ਰੋਕ ਦਿਓ, ਅਸੀਂ ਤਾਂ ਮੰਗੀ ਨਹੀਂ ਜੀ। ਜਥੇਬੰਦੀਆਂ ਨੇ, ਖਾਸ ਕਰਕੇ ਕਿਸਾਨਾਂ ਨੇ ਇਹ ਪ੍ਰੋਜੈਕਟ ਮੰਗੇ ਨਹੀਂ ਧੱਕੇ ਦੇ ਨਾਲ। ਕਿਹਨੇ ਟੋਲ ਪਲਾਜੇ ਮੰਗੇ ਸੀਗੇ, ਕਿਹਨੇ ਭਾਰਤ ਮਾਲਾ ਦਾ ਨਾਂ ਸੁਣਿਆ ਸੀਗਾ? ਅਸੀਂ ਤਾਂ ਕਹਿੰਦੇ ਕਿ ਅੱਜ ਬਠਿੰਡੇ ਤੋਂ ਆਉਣਾ ਹੋਵੇ, ਚੰਡੀਗੜ੍ਹ ਦੇ ਵਿੱਚ ਵੱਡਾ ਰੋਡ ਹੈ, ਅੰਮ੍ਰਿਤਸਰ ਜਾਣਾ ਹੋਵੇ, ਸਾਰੇ ਪਾਸੇ ਸਾਨੂੰ ਤਾਂ ਰੋਡ ਹੀ ਨਹੀਂ, ਜਿਹੜੇ ਰੋਡ ਨਿਕਲ ਰਹੇ ਨੇ ਇਹ ਉਹਨਾਂ ਦੀ ਲੋੜ ਹੈ, ਕਿਸਾਨਾਂ ਦੀ ਲੋੜ ਨਹੀਂ। ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਧੱਕੇ ਦੇ ਨਾਲ ਜਿੱਥੇ ਵੀ ਕਿਸਾਨਾਂ ਨਾਲ ਧੱਕਾ ਆਊ ਉਹਨਾਂ ਦੇ ਨਾਲ ਖੜਾਂਗੇ, ਭਾਵੇਂ ਸਾਨੂੰ ਕਿੰਨੀ ਵੀ ਕੁਰਬਾਨੀ ਦੇਣੀ ਪਵੇ, ਅਸੀਂ ਪਹਿਲਾਂ ਹੀ ਫੈਸਲਾ ਕਰ ਚੁੱਕੇ ਹਾਂ। ਜੀ ਬਿਲਕੁਲ। ਸੋ ਕੋਟੜਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਦੋਸਤੋ, ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ, ਪ੍ਰਦੀਪ ਤਮਾਮ ਲੀਡਰਸ਼ਿਪ ਸੀ, ਕਾਕਾ ਸਿੰਘ ਕੋਟੜਾ ਜਲਨ ਸਕੱਤਰ, ਜਸਵੀਰ ਸਿੰਘ ਪੰਗੂ, ਜੋਰਾ ਸਿੰਘ ਬਲਵੇੜਾ ਪਟਿਆਲਾ ਤੋਂ। ਅਤੇ ਕਿਸਾਨ ਅੰਦੋਲਨ ਲੰਮਾ ਚੱਲਦਾ, ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਅਤੇ ਹਰਿਆਣਾ ਦੇ ਵਿੱਚ ਇਸ ਸਮੇਂ BJP ਸਰਕਾਰ ਹੈ, ਦਿੱਲੀ ਉਹ ਜਾਣ ਨਹੀਂ ਦੇ ਰਹੇ ਅਤੇ ਸੈਂਟਰ ਦੇ ਵਿੱਚ ਨਵੀਂ ਸਰਕਾਰ ਬਣੀ ਆ, ਮਜੋਰਟੀ ਤਾਂ ਹਾਸਲ ਨਹੀਂ ਹੋਈ, ਗੱਠਜੋੜ ਵਾਲੀ ਸਰਕਾਰ। ਹੁਣ ਦੇਖਣਾ ਹੋਊਗਾ ਕਿ ਜਿਹੜਾ ਇੱਕ MSP ਨੂੰ ਲੀਗਲ ਬਣਾਉਣ ਦੀ ਗੱਲ ਹੈ ਕਿ ਕੇਂਦਰ ਸਰਕਾਰ ਦਾ ਇਹਦੇ 'ਤੇ ਕੀ ਰਵੱਈਆ ਰਹੂਗਾ। ਫਿਲਹਾਲ ਕੇਂਦਰ ਸਰਕਾਰ ਦਾ ਐਟੀਟਿਊਡ ਹੁਣ ਇਹ ਕਿ ਸਾਨੂੰ ਅੰਦੋਲਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਕੋਟੜਾ ਸਾਹਿਬ ਨੇ ਦੱਸਿਆ ਕਿ ਸਾਡੀ ਵੀ ਅਚੀਵਮੈਂਟ ਕੀ ਹੈ, ਅਸੀਂ ਜੇਕਰ ਇੰਨੇ ਦਿਨਾਂ ਤੋਂ ਇੱਥੇ ਬੈਠੇ ਹਾਂ 13 ਫਰਵਰੀ ਤੋਂ, ਜੋ ਵੀ ਅਪਡੇਟ ਹੋਊਗੀ ਲਗਾਤਾਰ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ। ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ। ਧੰਨਵਾਦ।